ਐਵੇਂ ਉਹ ਗੱਲ ਲੜਾਈ ਤਾਂ ਹੋਣ ਵਾਲੀ ਗੱਲ ਹੈ, ਆਪਣੇ ਘਰ ਆਇਆ ਵਾ, ਇਹ ਥੋੜਾ ਵੀ ਉਹਨੇ ਨਾਨਕੇ ਬਹਿ ਲੈਣਾ। ਚਲੋ ਕੋਈ ਨੀ, ਬਸ ਹੁਣ ਆਪਾਂ ਤੁਰ ਪੈਣਾ। ਆ ਜਾ, ਮੈਂ ਗੱਡੀ ਕਰਦਾ। ਹਾਂਜੀ ਕਰ ਦੋ। ਇਹਨਾਂ ਵਾਲੀ ਤੇ ਹੱਦ ਹੋ ਗਈ ਆ, ਗੱਡੀ ਸਾਡੀ ਨਾ ਸਾਨੂੰ ਪੁੱਛਿਆ ਨਾ ਗਿੱਛਿਆ ਤੇ ਲੈ ਕੇ ਤੇ ਗਾਂ ਗਏ ਆ। ਕੋਈ ਗੱਲ ਨੀ, ਘਰ ਹੀ ਆਉਣਾ ਤਾਂ ਅੰਦਰ ਮੈਂ ਦੱਸਾਂਗੀ। ਗਰਲੀਨ, ਹਾਂਜੀ, ਅਗਰ ਉਹਨੂੰ ਭੁੱਖ ਲੱਗੀ ਆ ਤੇ ਉਹਨੂੰ ਨਾ ਪਰੌਂਠੀ ਲਾ ਕੇ ਦੇ। ਮੰਮੀ ਰੋਟੀਆਂ ਹੈਗੀਆਂ ਉਹ ਦੇ ਦੋ। ਹਾਂ ਨਹੀਂ ਪੁੱਤ, ਰੋਟੀਆਂ ਕਦੇ ਦੀਆਂ ਪੱਕੀਆਂ ਨੇ, ਨਿਆਣੇ ਨੂੰ ਸੱਜਰੀ ਰੋਟੀ ਲਾ ਕੇ ਦੇ, ਗਰਮ ਗਰਮ ਪਰੌਂਠੀ ਖਾ ਲਏਗਾ। ਤੇ ਮੰਮੀ ਇਹਦੀ ਮਾਂ ਨਾਲ ਘੱਲਣਾ ਸੀ ਨਾ। ਤੇ ਕੋਈ ਨੀ, ਉਹ ਕੀ ਕਰਦਾ ਵਿਚਾਰਾ, ਉਹ ਆਪਣੇ ਮਜ਼ੇ 'ਚ ਖੇਡਣ ਡਿਆ ਵਾ, ਉਹ ਕਿਸੇ ਨੂੰ ਕੋਈ ਤੰਗ ਕਰਨ ਡਿਆ ਵਾ। ਹੁਣ ਭੁੱਖ ਲੱਗੀ ਤੇ ਹੁਣ ਮੈਨੂੰ ਆਖਦਾ ਦਾਦੀ ਮੈਨੂੰ ਰੋਟੀ ਚਾਹੀਦੀ ਹੈ। ਗੱਲ ਮੰਮੀ ਰੋਟੀ ਦੀ ਨੀ, ਰੋਟੀ ਤੇ ਲਾ ਦੇਣੀ ਹੈ ਤੇ ਸਿਆਣੀ ਤੇ ਬੜੀ ਬਣਦੀ ਹੈ ਤੇ ਮੁੰਡੇ ਨਾਲ ਖੜਦੀ ਹਾਂ। ਤੇ ਕੋਈ ਨੀ, ਤੈਨੂੰ ਕਾਹਦੀ ਟੈਨਸ਼ਨ ਹੈ, ਆਪੇ ਉਹਨਾਂ ਨੇ ਆ ਹੀ ਜਾਣਾ, ਇਸ ਘਰ ਵਾਦਾ ਘਾਟਾ ਹੋ ਹੀ ਜਾਂਦਾ। ਕਿਤੇ ਗਿਆ ਆ ਦੂਰ ਨੇੜੇ, ਕਦੋਂ ਦੇ ਗਏ ਹਜੇ ਤੱਕ ਤਾਂ ਆਏ ਨਹੀਂ। ਫਿਰ ਉਹ ਗੱਲ ਮੁੰਡੇ ਦੀ ਫਿਕਰ ਹੀ ਲੱਗਦਾ ਨੂੰ। ਉਹਦੇ ਨਾਲ ਖੜਦੀ ਸੀ, ਆਪ ਤਿਆਰ ਹੋ ਗਏ ਦੋਵੇਂ ਜੀ ਤੇ ਮੈਨੂੰ ਆਖਣ ਆਈ ਸੀ ਵੀ ਮੰਮੀ ਅਗਮ ਨੀ ਤਿਆਰ ਹੋਣ ਡਿਆ, ਤੇ ਮੈਂ ਕਿਹਾ ਜੇ ਉਹ ਨਹੀਂ ਜਾਂਦਾ ਤੇ ਨਾ ਖੜੋ, ਤੇ ਉਹ ਆਪਣੇ ਮਜ਼ੇ 'ਚ ਖੇਡਣ ਡਿਆ ਵਾ। ਮੰਮੀ ਜਾਣ ਕੇ ਨਾ ਪਖੰਡ ਕਰਦੀ ਆ, ਜੇ ਖੜਨਾ ਹੁੰਦਾ ਤੇ ਮੁੰਡਾ ਜਾਂਦਾ ਕਿਉਂ ਨਾ। ਜਾਣ ਕੇ ਆਉਂਦੀ ਹੋਣੀ ਆ ਵੀ ਸਾਡੀ ਟੌਰ 'ਚ ਨਾ ਫਰਕ ਪਏ, ਅਸੀਂ ਦੋਵੇਂ ਚੀਜ਼ ਜਾਈਏ। ਜੇ ਚਾਰ ਦਿਨ ਆਇਆ ਹੈ ਨਾ ਆਪਣੇ ਨਾਲ ਰੱਖ ਦੇ, ਆਪੇ ਬੱਚੇ ਦਾ ਮੋਹ ਮੁਹੱਬਤ ਪੈਂਦਾ ਵਾ। ਕੱਲ ਨੂੰ ਕਹਿਣਾ ਵਾ ਬੱਚਾ ਸਾਡੇ ਨਾਲ ਕਰਦਾ ਨੀ, ਹੁਣ ਮੰਮੀ ਤੁਹਾਡੇ ਨਾਲ ਕਿੰਨਾ ਉਹ ਕਰਦਾ ਵਾ। ਮੇਰੀ ਦੀ ਆਦਤ ਹੀ ਇਹੋ ਜਿਹੀ ਵੀ ਮੈਂ ਨੀ ਕਦੀ ਨਿਆਣੇ ਨੂੰ ਝਿੜਕਿਆ, ਜੇ ਕੋਈ ਨੁਕਸਾਨ ਵੀ ਕਰਦੇ ਨਾ ਤੇ ਮੈਂ ਨੀ ਚੱਲ ਕੋਈ ਨਹੀਂ ਜਾਣਾ ਵਾ। ਉਹਨਾਂ ਦੋਵਾਂ ਜੈਣ ਦੀ ਆਦਤ ਹੈ, ਐਵੇਂ ਨਿਆਣੇ ਨਾਲ ਲੱਗ ਪੈਂਦੇ ਨੇ ਤਿੜ ਤੁੜ ਕਰਨ, ਫਿਰ ਬੱਚਾ ਵੀ ਉਹੋ ਜਿਹਾ ਹੋ ਜਾਂਦਾ ਵਾ, ਹੁਣ ਮਜ਼ੇ 'ਚ ਖੇਡਦਾ ਰਹਿੰਦਾ ਆਪਣੇ ਆਪ। ਇਹ ਗੱਲ ਮੰਮੀ ਤੁਸੀਂ ਫਿਰ ਉਹਨੂੰ ਵਿਗਾੜ ਦੋਗੇ। ਮੈਂ ਕੀ ਵਿਗਾੜਨਾ, ਅਜੇ ਉਹ ਬਾਦਸ਼ਾਹ ਉਮਰ ਹੈ, ਬੱਚਾ ਹੈ, ਜੋ ਮਰਜ਼ੀ ਕਰੇ ਜੋ ਮਰਜ਼ੀ ਨਾ ਕਰੇ, ਜਦੋਂ ਸਿਆਣਾ ਹੋ ਜਾਏਗਾ ਨਾ ਫਿਰ ਉਹਨੂੰ ਆਪੇ ਸਮਝ ਆ ਜਾਏਗੀ। ਚਲੋ ਮੰਮੀ ਤੁਸੀਂ ਸਿਆਣੇ ਹੋ, ਫਿਰ ਜਾ ਲਾ ਕੇ ਦੇ ਮੈਂ ਰੋਟੀ, ਫਿਰ ਨਿਆਣਾ ਆ ਜਾਏਗਾ ਮੇਰੇ ਵੱਲ। ਚਲੋ ਠੀਕ ਹੈ ਮੰਮੀ, ਲੰਮੀ ਗੱਡੀ ਹੱਥ ਆਈ ਆ ਤੇ ਟਾਓ ਮਾਰਦੇ ਫਿਰਦੇ ਆ, ਕਿਤੇ ਆਪਣੀ ਗੱਡੀ ਹੁੰਦੀ ਨਾ ਫੇਰ ਪਤਾ ਲੱਗਦਾ ਕਿ ਤੁਹਾਡੀ ਟਾਓ ਹੁੰਦੀ। ਜਿੰਨੇ ਤੱਕ ਆਏ ਨੇ ਨਾ ਮੈਨੂੰ ਚੈਨ ਨਹੀਂ ਆਉਣਾ। ਗਰਲੀਨ, ਪਾਣੀ ਲਿਆਓ ਗਲਾਸ। ਗਰਲੀਨ, ਤੂੰ ਦੁਪਹਿਰੇ ਉੱਥੇ ਛੱਤ ਕੀ ਕਰਨੀ ਆ? ਮੈਂ ਅੰਦਰ ਆਵਾਜ਼ਾਂ ਦੇਣ ਡਿਆ ਵੀ ਪਾਣੀ ਲਿਆ। ਜਾਓ ਬਹੁ, ਮੈਂ ਲਿਆਉਂਦੀ ਪਾਣੀ। ਤੇਰਾ ਵੀ ਪਤਾ ਨੀ ਕੋਈ ਨੀ ਹਾਲ ਕੀ ਕਰਦੀ ਫਿਰਦੀ ਆ। ਕੋਠੇ ਉੱਤੇ ਚੜ ਚੜਨਾ, ਮੇਰੀਆਂ ਤੇ ਲੱਤਾਂ ਹੀ ਰਹਿ ਗਈਆਂ ਨੇ।
ਤੇ ਤੂੰ ਮੈਨੂੰ ਇਹ ਦੱਸ ਵੀ ਨਿਆਣਿਆਂ ਕੋਲ ਤੂੰ ਛੱਤ ਤੇ ਚੜ ਕੇ ਦੁਪਹਿਰੇ ਕੀ ਕਰਨ ਡਈ ਆ? ਤੇਰੇ ਕੋਲ ਟਿੱਕ ਨੀ ਬੈਠਾ ਜਾਂਦਾ? ਜੇ ਦਸ ਛੁੱਟੀਆਂ ਤੇਰੇ ਮਾਂ ਨਾਲ ਕੱਟ ਲਾ, ਮੁੜ ਕੇ ਦੁਪਹਿਰੇ ਸੜੇ ਕਰਨਾ ਬੰਦੇ ਕੋਲ ਕੰਮ ਹੋਏ ਤੇ ਚਲੋ ਬੰਦਾ ਚੜ ਵੀ ਜਾਏ, ਤੇ ਤੂੰ ਜੇ ਚੜਨਾ ਵੀ ਛੱਤ ਤੇ ਸ਼ਾਮਾਂ ਪੈਣੀਆਂ ਸ਼ਾਮੀ ਚੜ ਜਾਂਦੀ, ਹੁਣ ਦੱਸ ਉੱਥੇ ਕੀ ਆ ਅਗਲੇ ਕਰਨ ਡਈ ਆ? ਕਰਨਾ ਕੀ ਸੀ, ਵੇਖਣੀ ਡਈ ਆ ਕਿਸੇ ਨੂੰ ਵੀ ਹਜੇ ਤੱਕ ਆਏ ਨੀ, ਡਿੱਗਣ ਡੀ ਆ ਉਹਨਾਂ ਨੂੰ। ਵੇਖਣ ਡਈ ਆ ਕਿੰਨੇ ਆਉਣਾ ਹੈ ਦੁਪਹਿਰੇ? ਆਪ ਜਾਓ ਤੁਸੀਂ ਮੋਟਰਸਾਈਕਲ ਤੇ, ਤੇ ਅਗਲੇ ਗੱਡੀ ਲੈ ਕੇ ਗਏ ਨੇ। ਪਿੰਦਰ ਨਾਲ ਕਿਹੜੀ ਗੱਲ ਕਰਨਾ? ਆਹੋ ਹੋਰ ਕਿੰਨਾ ਦੀ ਤੁਹਾਨੂੰ ਨੀ ਪਤਾ? ਉਹ ਮੈਨੂੰ ਪਤਾ, ਉਹ ਪਿੰਦਰ ਨੇ ਮੈਨੂੰ ਫੋਨ ਕੀਤਾ ਸੀ ਵੀ ਵੀਰ ਮੈਂ ਜਾਣਾ ਵਾ ਤੇ ਗੱਡੀ ਲੈ ਜਾ। ਮੈਂ ਕੋਈ ਗੱਲ ਨੀ, ਗੱਡੀ ਲੈ ਜਾ, ਗੱਡੀ ਇਸੇ ਕੰਮ ਲਈ ਆ ਜਿਹਨੂੰ ਜ਼ਰੂਰਤ ਉਹਨੇ ਖੜਨ ਵਾਸਤੇ ਹੀ ਆ ਘਰ ਦੇ ਵਿੱਚ। ਤੁਸੀਂ ਫਿਰ ਮੈਨੂੰ ਦੱਸਿਆ ਕਿਉਂ ਨੀ? ਤੁਹਾਡਾ ਫਰਜ਼ ਨੀ ਸੀ ਬਣਦਾ ਦੱਸਣ ਦਾ? ਮੈਂ ਤਾਂ ਉਦੋਂ ਕਿਹਾ ਸੀ ਵੀ ਮੈਨੂੰ ਪੁੱਛਣ ਤੋਂ ਬਿਨਾਂ ਚੀਜ਼ ਨਹੀਂ ਦੇਣੀ। ਅੱਛਾ ਹੁਣ ਮਤਲਬ ਘਰ ਦੀ ਆ, ਤੈਨੂੰ ਪਹਿਲਾਂ ਸਾਈਨ ਕਰਾਇਆ ਕਰਾਂ ਜਿੱਦਾਂ ਦਫ਼ਤਰ 'ਚ ਫਾਈਲਾਂ ਕਰਾਉਣੇ ਪੈਂਦੇ ਆ ਵੀ ਕੋਈ ਕੰਮ, ਹਾਂ ਵੀ ਆ ਕਲੇਮ ਕਰੀਏ ਕਿ ਨਾ ਕਰੀਏ। ਇੱਥੇ ਨਹੀਂ ਘੁੰਮਦੇ ਚੱਲਣੀ ਜਨਾਨੀਆਂ ਲਈ, ਇੱਥੇ ਜਿੱਥੇ ਬੰਦਿਆਂ ਦਾ ਘਰ ਆ ਉੱਥੇ ਬੰਦਿਆਂ ਦਾ ਫੈਸਲਾ ਚੱਲੂਗਾ, ਠੀਕ ਹੈ? ਜਿੱਥੇ ਜਨਾਨੀਆਂ ਦੀ ਰਿਆ ਲੈ ਲੈਣੀ ਉੱਥੇ ਲੈਣੀ ਵੀ ਚਾਹੀਦੀ ਆ ਤੇ ਲੈਂਦੇ ਵੀ ਆ, ਪਰ ਤੂੰ ਤਾਂ ਆਉਂਦੀ ਹੈ ਵੀ ਨਿੱਕੇ ਨੇ ਕਿਹੜਾ ਕਦਮ, ਉਹ ਵੀ ਆਪਾਂ ਤੈਨੂੰ ਪੁੱਛ ਕੇ ਤੁਰੀਏ। ਆਪ ਤੂੰ ਪੇਸੜੋ ਹਾਂ ਤਾਂ ਅਗਲੇ ਟੌਰਾਂ ਬਣਾਉਂਦੇ ਫਿਰਦੇ ਗੱਡੀ ਦੀਆਂ, ਇਹੀ ਗੱਡੀ ਲਈ ਗੱਡੀ ਲਈ, ਪੈਸੇ ਸਾਡੇ ਲੱਗੇ ਆ ਤੇ ਟੌਰ ਉਹਨਾਂ ਦੀ ਬਣਦੀ ਆ। ਤੇਰੇ ਨਾ ਦਿਮਾਗ ਨੂੰ ਗਰਮੀ ਚੜੀ ਆ, ਮੈਨੂੰ ਲੱਗਦੀ ਉੱਤੇ ਕਦੇ ਅੱਧਾ ਘੰਟਾ ਪਾਉਣਾ ਤੂੰ ਖਲੋਤੀ ਰਹੀ ਆ ਤੇ ਦਿਮਾਗ ਚੜਾਉਂਦੀ ਰਹੀ ਆ, ਜਿਹੜੀ ਆਣ ਕੇ ਆ ਕੁਝ ਬੋਲਣ ਡਈ ਆ। ਤੂੰ ਰੁਮਾਨ ਨਾਲ ਆਪਣਾ ਕੰਮ ਕਰ, ਕਿੱਧਰ ਦੀਆਂ ਕਿੱਧਰ ਸੋਚਣ ਡਈ ਆ? ਗੱਡੀ ਉਹ ਕਿਤੇ ਮਤਲਬ ਬਾਹਰ ਲੈ ਕੇ ਲਿਆ, ਕਿਤੇ ਇੱਥੇ ਹੀ ਹੋਣੀ ਆ ਗੱਡੀ, ਕੀ ਲਾ ਲੈਣਾ ਨਾਲ ਉਹਨੇ? ਮੈਨੂੰ ਕੀ ਪਤਾ ਵਾ ਜਾਂਚ ਵੀ ਹੈਗੀ ਆ ਕਿ ਨਹੀਂ, ਤੋੜ ਛੱਡਣਗੇ, ਰਕਮ ਦੀ ਚੀਜ਼ ਆ। ਬਸ ਠੀਕ ਆ, ਅਗਲਾ ਪੈਲੀ ਚ ਟਰੈਕਟਰ ਭਜਾਈ ਫਿਰਦਾ, ਉਹ ਚਲਾਉਂਦਾ ਸਾਰਾ ਕੁਝ ਕਰਦਾ, ਉਹਨੂੰ ਗੱਡੀ ਚਲਾਉਣ ਦੀ ਜਾਚ ਨਹੀਂ ਆ। ਕੱਲ ਦਾ ਨਿਆਣਾ ਉਹ ਹਜੇ ਨਸੇ ਜੂਗੇ ਜਿਹ ਚ ਪੜ੍ਹ ਲਿਆ, ਉਹਨੂੰ ਪਤਾ ਨੀ ਹੈਗਾ ਇਸ ਦਾ ਨਾ ਕੋਕੋ। ਤੂੰ ਤਾਂ ਇੱਦਾਂ ਦੀਆਂ ਗੱਲਾਂ ਕਰਦੀ ਆ, ਕੋਈ ਸਿਆਣੀ ਬਣਿਆ ਕਰ ਹੈਗਾ, ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਗੱਲਾਂ ਨੀ ਕਰੀ ਗਈਆਂ। ਚਲੋ ਠੀਕ ਆ, ਤੁਹਾਡੇ ਨਾਲ ਨੀ ਗੱਲ ਕਰਨ ਦਾ ਕੋਈ ਫਾਇਦਾ ਹੈਗਾ। ਉਹਦੇ ਆਣ ਕੇ ਕਈ ਗਰਮੀ ਚ ਖਪ ਤਪ ਗਿਆ ਮੁੰਡੇ ਤੇ ਆਉਂਦੇ ਨੂੰ ਹੋਰ ਹੀ ਨਵੀਂ ਭਸੂੜੀ ਪਾਈ ਗਈ ਹੈ, ਕੋਈ ਯਾਦ ਨਹੀਂ। ਅਗਮਾ ਤੂੰ ਖੇਡ ਤੇ ਬਥੇਰਾ ਲਿਆ ਮੇਰੇ ਪੁੱਤ ਨੇ, ਤੇ ਲਿਆ ਮੈਂ ਤੇਰਾ ਨਾ ਹੁਣ ਸਿਰ ਕਰਦੇ ਆ। ਮੰਮੀ ਕੋਲ ਕਰਾਉਣਾ ਤੇ ਪੁੱਤ, ਮੰਮੀ ਤੇਰੀ ਨੇ ਆਣ ਕੇ ਮੈਨੂੰ ਆਖਣਾ ਵਾ ਵੀ ਦਾਦੀ ਅੰਮਾ ਤੂੰ ਇਹਦਾ ਸਿਰ ਵੀ ਨੀ ਕਰ ਸਕੀ ਤੇ ਫਿਰ ਮੈਂ ਇਹਨੂੰ ਕੀ ਆਖਾਂਗੀ? ਚਲੋ ਠੀਕ ਹੈ, ਮੰਮਾ ਕੋਲੋਂ ਕਰਾ ਲਈ ਫਿਰ, ਚਲੋ ਖੇਡ ਲਓ ਹੁਣ। ਠੀਕ ਹੈ, ਇਹ ਕੀ ਹੈ? ਅੱਛਾ ਚਲ ਖੇਡੋ, ਠੀਕ ਹੈ। ਤੇ ਆਹ ਕੀ ਹੈ? ਅੱਛਾ ਸਾਰਾ ਮੇਰੇ ਪੁੱਤ ਨੂੰ ਪਤਾ ਵਾ, ਆਹ ਕੀ ਇਹਦਾ ਹੀ ਹੈ? ਸਦਕੇ ਜਾਵਾਂ, ਲੈ ਮੇਰਾ ਪੁੱਤ, ਮੇਰਾ ਤਾਂ ਬੀਬੀ ਵੀ ਹੁਣ ਚੈੱਕ ਕਰਨ ਲੱਗ ਪਿਆ। ਅੱਛਾ ਡਾਕਟਰ ਬਣ ਗਿਆ, ਚੱਲ ਕਰ ਲਓ ਫਿਰ, ਸ਼ਾਬਾਸ਼। ਲੈ ਮੁੰਡਾ ਤਾਂ ਡਾਕਟਰ ਬਣ ਗਿਆ ਵਾ, ਮੰਮਾ ਪਾਪਾ ਦੇ ਆਉਂਦਿਆਂ ਨੂੰ, ਮੇਰਾ ਪੁੱਤ ਸ਼ੇਰ ਹੈ। ਚਲੋ ਧਰ ਦਿਓ। ਵਧਿਆ ਕਿ ਘਟਿਆ ਮੇਰਾ ਬੀਬੀ? ਘਟਿਆ ਵਾ, ਠੀਕ ਹੈ। ਪੁੱਤ ਅੱਗੇ ਵੀ ਘਟਦਾ ਹੀ ਹੁੰਦਾ, ਮੇਰਾ ਪੁੱਤ ਤਾਂ ਪੂਰਾ ਡਾਕਟਰ ਵੈ। ਹਾਂ ਠੀਕ ਹੈ, ਕਿੰਨਾ ਵਾ ਇਹ? ਥੋੜ੍ਹਾ ਏ। ਹਾਂ ਮੇਰਾ ਪੁੱਤ ਕਿੱਡਾ ਸਿਆਣਾ ਨੀ, ਵੇਖੋ ਘਰੇ ਹੀ ਡਾਕਟਰ ਬਣ ਗਿਆ, ਲੋਕੀ ਪੜ੍ਹ ਪੜ੍ਹ ਕੇ ਬਣਦੇ ਨੇ। ਹੈਂ ਮੰਮੀ ਕਿੱਥੇ ਪੈ ਗਈ?
ਗੱਲ ਸੁਣਾ ਤਾਂ ਉੱਠ ਕੇ। ਲੰਮੇ ਦਾ ਸੋਰ ਕੰਮ ਤੋਂ ਆਇਆ ਤੇ ਲੰਮੇ ਹੀ ਪੈਣਾ, ਹੁਣ ਕਿਹੜੀ ਰੈਸਟ ਬਣਾ ਕਰਾਂਗਾ। ਰੈਸਟ ਬਾਅਦ ਚ ਕਰ ਲਿਓ ਤੇ ਮੇਰੀ ਗੱਲ ਸੁਣੋ, ਪਹਿਲਾਂ ਨਾ ਫੋਨ ਲਾਓ ਭਿੰਦਰ ਹੁਣਾਂ ਨੂੰ, ਪੁੱਛੋ ਵੀ ਕਿੱਥੇ ਕਨੇ। ਕੀ ਪੁੱਛਾਂ ਕੀ ਉਹਨਾਂ ਨੂੰ, ਮੈਨੂੰ ਇਹ ਤੇ ਦੱਸ ਵੀ ਕੀ ਕਵਾਂ ਉਹਨਾਂ ਨੂੰ ਫੋਨ ਕਰਕੇ, ਵੀ ਕੱਲ ਹੀ ਮੈਂ ਬਾਰ ਬਾਰ ਫੋਨ ਡਿਆ ਕਰਨ, ਚੰਗੇ ਤਾਂ ਕੀ ਤਾਂ ਇੱਦਾਂ ਕਰਦੇ ਆ, ਜੋ ਸਵੇਰੇ ਅਗਲੇ ਦੱਸ ਕੇ ਤੇ ਗਏ ਵਿਚਾਰੇ, ਤੇ ਫਿਰ ਇੱਦਾਂ ਚੰਗੇ ਲੱਗੀ ਤਾਂ ਦੁਬਾਰਾ ਫਿਰ ਉਹਨਾਂ ਨੂੰ ਫੋਨ ਕਰਾਂ। ਮੇਰੇ ਮਨ ਨੂੰ ਨੀ ਸਕੂਨ ਆਉਂਦਿਆ, ਤੁਸੀਂ ਫੋਨ ਲਾ ਲਓ ਹਾਂ ਮੇਰੇ ਕਰਕੇ, ਤੇ ਉਹਨੂੰ ਬਹਾਨੇ ਨਾ ਕਹੋ ਵੀ ਤੂੰ ਆਪਣੇ ਸਹੁਰੇ ਆ, ਆਪੇ ਪਤਾ ਲੱਗ ਜੂਗਾ। ਆਪਣੇ ਸਹੁਰੇ ਆ ਕੀ ਪਤਾ ਉਧਰ ਨੂੰ ਚੱਲ ਗਏ ਹੋਣ। ਯਾਰ ਇੱਦਾਂ ਐਵੇਂ ਹਵਾ ਤੀਰ ਮਾਰਦਾ ਕੋਈ ਫਾਇਦਾ ਵਾ, ਅਗਲੇ ਕਹਿਣਗੇ ਕਿੱਡੀਆਂ ਕਿੱਡੀਆਂ ਸੂਹਾਂ ਲੈਣ ਦੇ ਆ, ਜੇ ਆਪਾਂ ਚਲੀ ਗਏ ਆ ਤਾਂ ਮਗਰ ਪੁੱਛਣ ਦੇ ਸਹੁਰੇ ਗਿਆ ਕਿੱਥੇ ਗਿਆ, ਐਵੇਂ ਚੰਗੇ ਨੀ ਲੱਗੀਦਾ। ਉਹਨਾਂ ਦਾ ਵੀ ਦਿਮਾਗ, ਮਤਲਬ ਪਿੰਦਰ ਨਾਲ ਸੋਚੇਗਾ ਤੇ ਭਾਬੀ ਹੁਣੀ ਤੇ ਸੋਚਣਗੇ ਵੀ ਕਿੱਦਾਂ ਦੀਆਂ ਗੱਲਾਂ ਕਰਨ ਦੇ। ਜਿਹੜਾ ਸੋਚਦਾ ਨਾ ਸੋਚਦਾ ਰਹੇ, ਤੁਸੀਂ ਮੇਰੀ ਨਾ ਆਖੇ ਲੱਗਿਓ, ਲਾਓ ਫੋਨ ਨਾਲੋ ਫੜੋ। ਤੂੰ ਮੈਂ ਨਾ ਰਹਿਣ ਦਿਆ, ਜੇ ਵੀ ਮੰਨ ਲਾ ਗੱਲ ਨਾ ਕਰੀਏ ਤਾਂ ਮੈਂ ਲਾਗ ਦਿੰਦੀ, ਤੁਸੀਂ ਨਹੀਂ ਲੰਮ ਬੋਲਿਆ। ਇੱਧਰ ਮੈਂ ਲੰਮਾ ਵਾਂ, ਫੋਨ ਤੇ ਲਾ ਲਓ ਤੂੰ ਸਪੀਕਰ ਤੇ ਕਰਿਓ, ਮੈਂ ਨਹੀਂ ਸੁਣਨਾ ਕੀ ਆਂਦੇ ਭਲਾ। ਆਹ ਮੇਰੇ ਤੇ ਤਾਂ ਯਕੀਨ ਨਹੀਂ ਨਾ, ਮੈਂ ਤਾਂ ਕੋਈ ਤੈਨੂੰ ਝੂਠ ਦੱਸ ਦੇਣਾ ਜਾਂ ਆਪਣੇ ਕੋਲ ਲਾ ਕੇ ਦੱਸ ਦੇਣਾ। ਆਹ ਕਰ ਦੇਣਾ ਤੇਰੇ ਮਨ ਦੀ ਸਪੀਕਰ ਔਨ ਕਰਨ ਲੱਗਾ ਵਾ, ਤੂੰ ਇਹ ਵੀ ਜ਼ਬਾਨ ਬੰਦ ਰੱਖੀ, ਉਹਨਾਂ ਵਿੱਚ ਬਸ ਤੂੰ ਬੋਲੀ ਜਾਏ ਅੱਗੋਂ ਸੁਣ ਲਿਓ ਉਹਦੀ। ਹੈਲੋ ਪਿੰਦਰ, ਕਿੱਦਾਂ ਠੀਕ ਠਾਕ? ਤੇ ਹੋਰ ਕੀ ਬਣ ਡਿਆ? ਆਪਣੀ ਲੱਗੀ ਆ, ਹੋ ਸਕਦਾ ਗਰਮੀ ਨਾ ਕੋਈ ਧੁੱਪ ਚ ਗੱਡੀਆਂ ਦੇ ਗੱਡੀਆਂ ਨਾਲ ਝੋਲਾ ਜਿਹਾ ਪਿਆ ਹੋਵੇ। ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ, ਚੱਲ ਕੋਈ ਨੀ ਕੋਈ ਨੀ, ਇਹ ਵੀ ਗਿਆ ਫਿਰ ਨਿਕਲੇ ਤੂੰ ਨਿਕਲ ਆਉਣ ਨਾਲ, ਕਿਹੜਾ ਰੋਜ਼ ਨਿਕਲਿਆ ਜਾਂਦਾ ਵਾ, ਇਹ ਵੀ ਚੰਗਾ ਕੀਤਾ ਸੀ ਚੱਲ ਇਹ ਚੱਕਰ ਮਾਰਿਆ। ਨਹੀਂ ਨਹੀਂ ਕੋਈ ਗੱਲ ਨੀ ਕੋਈ ਗੱਲ ਨੀ, ਤੂੰ ਆਪਣਾ ਆਰਾਮ ਨਾਲ ਜੀ, ਕੋਈ ਚੱਕਰ ਨਹੀਂ ਆ। ਇਹ ਆ ਵੀ ਬਸ ਇਹ ਆ ਵੀ ਸ਼ਾਮ ਨੂੰ ਬਹੁਤਾ ਹਨੇਰਾ ਨਾ ਕਰੀ, ਕਿਉਂਕਿ ਹਨੇਰੇ ਤੈਨੂੰ ਪਤਾ ਟ੍ਰੈਫਿਕ ਹੋ ਜਾਂਦੀ ਆ ਮੁੜ ਕੇ। ਠੀਕ ਹੈ ਚੱਲ ਠੀਕ ਹੈ, ਪਰ ਐਂ ਰੱਖਦਾ ਮੈਂ। ਮੇਰੀ ਗੱਲ ਹੋਈ ਕਿ ਨਹੀਂ ਸੱਚੀ, ਉਹ ਬੈਠਾ ਨੀ ਸਭੇ ਜਾ ਕੇ, ਮੈਂ ਪਹਿਲਾਂ ਹੀ ਕਿਹਾ ਸੀ ਤੁਹਾਨੂੰ ਤੇ ਉਹ ਕਿਤੇ ਤੇ ਕਿਤੇ ਗੱਡੀ ਲੈ ਕੇ ਚੱਲ ਜਾਣਾ ਨੇ। ਯਾਰ ਮੇਰੀ ਸੁਣ ਗੱਲ, ਜਦੋਂ ਮੰਨ ਲਾ ਘਰੋਂ ਪਤਾ ਗਿਆ ਵਾ, ਪਤਾ ਵੀ ਉਹ ਤੇਲ ਫੂਕਣਾ ਜਾਣਾ ਵੀ ਉਧਰ ਨੂੰ ਆ, ਤੇ ਰਾਹ ਤੂੰ ਸਹੁਰੇ ਦੇ ਮੰਨ ਮੰਨ ਕੇ ਨਾ ਵੀ ਚੱਲ ਠੀਕ ਆ, ਉਹ ਹੋ ਜਾਂਦੇ ਨਾਲ ਤੈਨੂੰ ਪਤਾ ਹੀ ਆ, ਜੇ ਤੂੰ ਹੀ ਹੁੰਦੀ ਭਾਬੀ ਜਗ੍ਹਾ ਤੇ ਕਹਿਣਾ ਚੱਲ ਜਾਂਦੇ ਚੱਲੇ ਤੇ ਆ ਗਈ ਆ, ਇੱਥੋਂ ਹੋਈ ਜਾਂਦੇ ਆ ਵੇਖਿਆ ਤੂੰ। ਉਹ ਕਲੀ ਮੈਡਮ ਆਪਣਾ ਮੁੰਡਾ ਵਿਛੜ ਕੇ ਗਈ ਆ, ਮੁੰਡੇ ਦਾ ਨੀ ਫਿਕਰ, ਘਰ ਤਾਂ ਬੜਾ ਕਰਦੀ ਫਿਰਦੀ ਆ, ਹਾਏ ਮੇਰਾ ਮੁੰਡਾ, ਹਾਏ ਮੇਰਾ ਮੁੰਡਾ, ਤੂੰ ਹੋਣਾ ਉਹ ਮੁੰਡੇ ਵਿਚਾਰੇ ਨਿਆਣੇ ਨੇ ਕਿਹੜਾ ਵੀ ਉੱਥੇ ਕੋਈ ਤੁਹਾਨੂੰ ਕਹਿ ਦੇਣਾ ਵਾ, ਜਾਂ ਉਹਨੇ ਵੀ ਬੜੀਆਂ ਦਾਲ ਰੋਟੀਆਂ ਖਾਣੀਆਂ ਨੇ, ਇੱਕ ਰੋਟੀ ਖਾਣੀ ਉਹਨੇ ਤਾਂ ਘੁੱਟ ਦੁੱਧ ਪੀ ਲੂਗਾ, ਤੇ ਤੁਸੀਂ ਦੋ ਜਾਈਏ ਘਰ 'ਚ ਜੇ ਇੰਨਾ ਕੰਮ ਉਹਨਾਂ ਕਰੋਗੇ। ਤੁਹਾਡੇ ਨਾਲ ਨਾ ਕੋਈ ਮੱਥਾ ਮਾਰਦਾ ਫਾਇਦਾ ਨਹੀਂ ਆ, ਬਥੇਰੀਆਂ ਠੀਕ ਕਰਾਂਗਾ ਮੈਂ, ਭੰਡ ਭੰਡ ਵੇਚਦੀਆਂ ਸਿਰਫ ਉਹਨਾਂ ਦੇ ਗੁਣ। ਤੂੰ ਨਾ ਕੰਮ ਹੋਰ ਕਰਾਂਗਾ, ਇੰਨੀਆਂ ਸੂਹਾਂ ਤੇ ਕਨੂਹਾਂ 'ਚ ਨਾ ਪਿਆ ਕਰਾਂਗਾ, ਇੱਦਾਂ ਨਹੀਂ ਟਾਈਮ ਲੰਘਦੇ ਹੁੰਦੇ ਘਰਾਂ ਦੇ ਜਿੱਦਾਂ ਤੂੰ ਕਰਦੀ ਆ। ਅੱਗੇ ਵੀ ਪਿੰਦਰ ਵੀ ਨਾ ਪਤਾ ਹੀ ਆ ਵੀ ਅੱਗੇ ਇੱਦਾਂ ਦੀ ਆ ਵੀ ਤੂੰ ਮਤਲਬ ਜਿੱਥੇ ਗਿਆ ਉੱਥੋਂ ਸਿੱਧਾ ਆ ਜਾ ਸਹੁਰੇ ਤੇ, ਫਿਰ ਕਿਤੇ ਚੱਲ ਜੀ। ਗੁਰਲੀਨ ਜਿੱਥੇ ਗਏ ਹਾਂ ਉੱਥੋਂ ਹੀ ਆਏ ਹਾਂ, ਅਸੀਂ ਕਿਹੜਾ ਹੋਰ ਕਿਤੇ ਫਿਰਨ ਗਏ ਹਾਂ।
ਦੱਸਿਆ ਕਿਤੇ ਸੀ ਤੇ ਗਈ ਤੂੰ ਪੇਕੇ ਹਾਂ। ਲੈ ਦੱਸ ਉਹ ਕਿਹੜਾ ਹੀ ਸਪੈਸ਼ਲ ਗਏ ਹਾਂ, ਰਸਤੇ ਚ ਆਉਂਦੇ ਆਉਂਦੇ ਅਸੀਂ ਕਿਹਾ ਚਲੋ ਉਧਰੋਂ ਵੀ ਹੋ ਆਉਂਦੇ ਘੜੀ, ਹੁਣ ਆਏ ਤੇ ਹੈ ਹੀ ਆ, ਕੀ ਪਤਾ ਕਿੱਥੇ ਕਿੱਥੇ ਗਏ। ਆਪ ਲਾ ਕਿੱਦਾਂ ਦੀ ਗੱਲ ਹੋਈ, ਆਉਂਦਿਆਂ ਲੜਨ ਲੱਗ ਪਈ ਆ। ਮੇਰੀ ਇੱਕ ਗੱਲ ਸੁਣ ਲਾ, ਅੱਜ ਤਾਂ ਗੱਡੀ ਲੈ ਗਏ ਨਾ, ਜੇ ਗਾਂ ਤੋਂ ਖੜੀ ਤਾਂ ਹੱਥ ਤੋੜ ਦੇਣੇ ਆ, ਮੈਨੂੰ ਪੁੱਛ ਕੇ ਖੜਨੀ ਚਾਹੀਦੀ ਆ ਗੱਡੀ। ਅਸੀਂ ਨਾ ਲਵ ਨੂੰ ਪੁੱਛ ਕੇ ਹੀ ਗਏ ਹਾਂ ਤੇ ਆਉਂਦੇ ਸੀ ਕੋਈ ਗੱਲ ਨੀ ਜਾਓ ਤੁਸੀਂ ਜਿੱਥੇ ਵੀ ਜਾਣਾ ਵਾ। ਉਹਨੂੰ ਪੁੱਛਣ ਦੀ ਕੋਈ ਜ਼ਰੂਰਤ ਨੀ, ਮੈਨੂੰ ਪੁੱਛ ਕੇ ਚੀਜ਼ ਖੜਿਆ ਕਰੋ, ਅੱਜ ਤਾਂ ਲੈ ਗਏ ਨਾ, ਅੱਗੇ ਤੋਂ ਚੀਜ਼ ਨੀ ਮਿਲਣੀ ਤੁਹਾਨੂੰ। ਠੀਕ ਹੈ ਕੋਈ ਨੀ, ਨਾ ਦਿਓ, ਗਲਤੀ ਹੋ ਗਈ ਜਿਹੜੀ ਅਸੀਂ ਤੁਹਾਡੀ ਗੱਡੀ ਲੈ ਗਏ ਹਾਂ। ਇਹਦੇ ਨਾਲ ਚੰਗਾ ਤੇ ਮੋਟਰਸਾਈਕਲ ਹੀ ਲੈ ਜਾਂਦੇ, ਇਹੋ ਜਿਹੀ ਦੀ ਗੱਲਾਂ ਤਾਂ ਨਾ ਸੁਣੀਆਂ ਪੈਂਦੀਆਂ, ਐਵੇਂ ਆਉਂਦੇ ਨੇ ਆਪਣੀ ਚੀਜ਼ ਦਾ ਮਾਣ ਹੁੰਦਾ ਵਾ। ਨਦੀਪਾ ਲੋ ਟੀ ਸ਼ਰਟ ਕੱਢ, ਹਾਂ ਮੈਂ ਭੇਲੀ ਜਾਵਾਂ ਕੋਈ ਕੰਮ ਦੇਖਾਂ। ਕੋਈ ਨੀ ਕੱਢ ਦੀ ਨੀ, ਵੇਖਾਂ ਤਾਂ ਸਹੀ ਗੱਡੀ ਸਹੀ ਸਲਾਮਤੀ ਲੈਂਦੀ ਹੈ। ਲਾਈਕ ਕਮੈਂਟ ਵੀ ਜ਼ਰੂਰ ਕਰਿਓ, ਜੇ ਕੋਈ ਕਮੀ ਪੇਸ਼ੀ ਹੁੰਦੀ ਤੇ ਉਹ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਧੰਨਵਾਦ ਜੀ ਸਾਰਿਆਂ ਦਾ।